ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਦੇਵ ਗ੍ਰੀਨਲੈਂਡ ਨਰਸੀਬੇ ਤੁਹਾਡਾ ਸਵਾਗਤ ਹੈ ਜੀ ਤੇ ਅੱਜ ਤੁਹਾਨੂੰ ਦਿਖਾ ਰਹੇ ਹਾਂ ਜੀ ਚਕੋਤਰਾ ਜਿਹਨੂੰ ਗ੍ਰੇਪਫਰੂਟ ਵੀ ਕਹਿੰਦੇ ਆ ਸੋ ਇਹ ਗ੍ਰੇਪਫਰੂਟ ਦੇ ਨਾਲ ਵੀ ਜਾਣਿਆ ਜਾਂਦਾ ਸੋ ਇਹਦੇ ਜੇ ਗੁਣ ਦੱਸਣ ਲੱਗ ਗਿਆ ਤਾਂ ਮੇਰੇ ਖਿਆਲ ਨਾਲ ਵੀਡੀਓ ਛੋਟੀ ਰਹਿ ਜਾਣੀ ਐ ਸੋ ਬਹੁਤ ਹੀ ਜ਼ਿਆਦਾ ਇਹਦੇ ਫਾਇਦੇ ਐ ਇਹ ਜਿੰਨੀ ਦੇਰ ਤੱਕ ਹਰੇ ਰੰਗ ਦਾ ਇਹ ਹਰਾ ਰਹੂਗਾ ਜਦੋਂ ਇਹ ਕਿੰਨੂ ਵਾਂਗ ਪੂਰਾ ਸੰਤਰੀ ਰੰਗ ਦਾ ਹੋ ਗਿਆ ਉਦੋਂ ਇਹਨੇ ਪੱਕੇ ਤਿਆਰ ਹੋਣਾ ਇਹਦੇ ਵਿੱਚ ਵਿਟਾਮਿਨ ਬਹੁਤ ਜ਼ਿਆਦਾ ਹੈ ਵਿਟਾਮਿਨ ਏ ਵਿਟਾਮਿਨ ਸੀ ਪੋਟਾਸ਼ੀਅਮ ਕੈਲਸ਼ੀਅਮ ਤੇ ਇਹਦੇ ਤੋਂ ਇਲਾਵਾ ਬਹੁਤ ਸਾਰੇ ਹੋਰ ਵੀ ਇਹਦੇ ਵਿੱਚ ਜਿਹੜੇ ਵਿਟਾਮਿਨ ਹੈ ਫਾਸਫੋਰਸ ਬਹੁਤ ਜ਼ਿਆਦਾ ਹੁੰਦਾ ਇਹਦੇ ਵਿੱਚ ਜਿਹੜਾ ਹੱਡੀਆਂ ਦੇ ਵਾਸਤੇ ਜਿਵੇਂ ਕੈਲਸ਼ੀਅਮ ਤੇ ਫਾਸਫੋਰਸ ਦੀ ਬਹੁਤ ਜ਼ਰੂਰਤ ਹੁੰਦੀ ਹੈ ਸੋ ਇਹ ਦੁਆਰ ਫੇਵਰਿਟ ਆ ਆਪਣੇ ਕੋਲੇ ਸੋ ਇੱਕ ਹੁੰਦਾ ਦੇਸੀ ਜਾਂ ਹੁੰਦਾ ਜਿਹੜਾ ਉਹ ਨਹੀਂ ਦੁਆਰਪ ਵੈਰਾਈਟੀ ਆਪਣੇ ਕੋਲ ਹੈਗੀ ਆ ਇਹ ਘਰ ਦੇ ਵਿੱਚ ਕਬੂਟਾ ਹੋਣਾ ਬਹੁਤ ਜ਼ਰੂਰੀ ਹੈ ਤੁਹਾਡੇ ਜਿਹੜੇ ਘਰ ਦੇ ਵਿੱਚ ਇਹ ਵੈਰਾਈਟੀ ਲੱਗ ਹੀ ਨਾ ਜੀ ਜੋੜਾਂ ਦੇ ਦਰਦ ਗੰਠੀਆਂ ਵਾ ਇਹ ਚੀਜ਼ਾਂ ਤੁਹਾਡੇ ਘਰ 'ਚ ਲੱਭਣੀਆਂ ਨਹੀਂ ਕਿਸੇ ਪਰਿਵਾਰ ਦੇ ਜੀ ਨੂੰ ਸੋ ਇਹ ਬੂਟਾ ਆਪਣੇ ਕੋਲੋਂ ਲੈ ਕੇ ਜਾਓ ਕੋਈ ਐਨਾ ਮਹਿੰਗਾ ਬੂਟਾ ਨਹੀਂ 200 ਰੁਪਏ ਦਾ ਬੂਟਾ ਹੁੰਦਾ ਇਹ ਸੋ ਆਓ ਇੱਕ ਵਾਰ ਨਰਸਰੀ ਬਹੁਤ ਬਹੁਤ ਧੰਨਵਾਦ